ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੀ ਹੈ ਜੀ ਜਿਸ ਦੇ ਵਿੱਚ ਪੰਜਾਬ ਆਂਗਨਵਾੜੀ ਦੇ ਵਿੱਚ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਸੁਪਰਵਾਈਜ਼ਰ ਦੀ ਪੋਸਟ ਦੇ ਲਈ ਕੀ ਕੀ ਉਮਰ ਸੀਮਾ ਮੰਗੀ ਗਈ ਹੈ ਚੋਣ ਪ੍ਰਕਿਰਿਆ ਕੀ ਹੋਏਗੀ ਤੇ ਬਾਕੀ ਸਾਰੀ ਇਨਫੋਰਮੇਸ਼ਨ ਜੋ ਟੌਮਸਨ ਕੰਡੀਸ਼ਨ ਮੰਗਿਆ ਗਈ ਹੈ ਨੇ ਕੁਆਲਿਫੀਕੇਸ਼ਨ ਤੋਂ ਲੈ ਕੇ ਹਰ ਇੱਕ ਅਪਲਾਈ ਕਰਨ ਤੱਕ ਦਾ ਹਰ ਇੱਕ ਡਿਟੇਲ ਤੁਹਾਨੂੰ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਡੇਟਾ ਜੀ ਉਹ ਲੈ ਕੇ ਆਂਦਾ ਹੀ ਰ੍ਹਾਂਗਾ ਅਪਡੇਟਸ ਦੇ ਲਈ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉੱਥੋਂ ਤੁਸੀਂ ਸਾਰੇ ਹੀ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਇਸੇ ਤਰ੍ਹਾਂ ਹਰ ਇੱਕ ਅਪਡੇਟ ਨੂੰ ਸਭ ਤੋਂ ਪਹਿਲਾਂ ਲੈਣ ਦੇ ਲਈ ਜ਼ਰੂਰ ਜੁੜੇ ਰਹਿਣਾ ਸਾਡੇ ਨਾਲ ਜੀ ਤੇ ਨਾਲ ਦੀ ਨਾਲ ਸਾਡੀ ਵੈਬਸਾਈਟ ਤੇ ਵੀ ਜਾ ਕੇ ਜ਼ਰੂਰ ਚੈੱਕ ਕਰ ਲੈਣਾ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਲੇਕਿਨ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸੋ ਅਸੀਂ ਆ ਚੁੱਕੇ ਹਾਂ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਤੇ ਬਾਕੀ ਸਾਰੇ ਕੈਂਡੀਡੇਟਸ ਦੇ ਕਮੈਂਟ ਆ ਰਹੇ ਸੀਗੇ ਕਿ ਆਂਗਣਵਾੜੀ ਦੀ ਭਰਤੀ ਨਹੀਂ ਆ ਰਹੀ ਐ ਸੋ ਫਾਈਨਲੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਜਿੱਦਾਂ ਤੁਸੀਂ ਦੇਖ ਹੀ ਪਾ ਰਹੇ ਹੋ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਜੋ ਕਿ ਡਾਇਰੈਕਟੋਰੇਟ ਵੱਲੋਂ ਹੀ ਆਊਟ ਕੀਤਾ ਗਿਆ ਹੈ ਸੋ ਇਹ ਨੋਟੀਫਿਕੇਸ਼ਨ ਸੈਕਟਰ 34 ਚੰਡੀਗੜ੍ਹ ਵੱਲੋਂ ਹੈ ਸੋ ਪਬਲਿਕ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਜਿਹੜਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧੀਨ ਚਲਾਏ ਜਾ ਰਹੇ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰ ਰਹੇ ਆਂਗਣਵਾੜੀ ਵਰਕਰਾਂ ਵਿੱਚ ਵਰਕਰਾਂ ਤੋਂ ਅਰਜੀ ਦੀ ਮੰਗ ਜਿਹੜੀ ਜੀ ਕੀਤੀ ਗਈ ਹੈ ਇਸ ਇਲੈਕਸ਼ਨ ਦੇ ਦਿਨ ਰਾਜ ਸਰਕਾਰ ਦੇ ਰਾਖਵਾਕਰਨ ਪਾਲਿਸੀ ਅਨੁਸਾਰ ਰਿਜ਼ਰਵੇਸ਼ਨ ਦਾ ਲਾਭ ਦਿੱਤਾ ਜਾਵੇਗਾ ਸੋ ਜਿਹੜੇ ਕੈਂਡੀਡੇਟ ਵੀ ਰਿਜ਼ਰਵ ਕੈਟਾਗਰੀ ਟੂ ਬਿਲੋਂਗ ਕਰਦੇ ਨੇ ਉਹਨਾਂ ਨੂੰ ਜਿਹੜਾ ਜੀ ਇਸ ਦੇ ਵਿੱਚ ਜਿਹੜਾ ਉਹ ਫਾਇਦਾ ਮਿਲੇਗਾ ਤੇ ਇਸ ਦੇ ਜਿਹੜੇ ਵੀ ਕੈਂਡੀਡੇਟ ਇੱਛੂ ਨੇ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਤੋਂ ਉਹ ਆਪਣੇ ਜਿਹੜੇ ਸਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ ਜਿਹੜਾ ਕੰਟੈਕਟ ਕਰਨ 21 10 2022 ਤੱਕ ਆਪਣੀ ਜਿਹੜੀ ਐਪਲੀਕੇਸ਼ਨਸ ਨੇ ਉਹ ਤੁਸੀਂ ਸਬਮਿਟ ਕਰਾਣੀਆਂ ਹੋਣਗੀਆਂ ਤੇ ਫਿਰ ਤੋਂ ਇਹ ਦੱਸਣਾ ਸੀ ਇਹ ਉਹਨਾਂ ਕੈਂਡੀਡੇਟਸ ਲਈ ਜਿਹੜੇ ਆਲਰੇਡੀ ਵਰਕਿੰਗ ਨੇ ਆਂਗਣਵਾੜੀ ਵਰਕਰ ਦੇ ਤੌਰ ਤੇ ਉਹ ਅਪਲਾਈ ਕਰ ਸਕਦੇ ਨੇ ਆਂਗਣਵਾੜੀ ਸੁਪਰਵਾਈਜ਼ਰ ਦੇ ਤੌਰ ਤੇ ਸੋ ਇਹਦੇ ਲਈ ਸਿੰਪਲੀ ਤੁਸੀਂ ਆਪਣੇ ਜਿਹੜੇ ਤੁਹਾਡੇ ਪ੍ਰੋਜੈਕਟ ਹੈੱਡ ਨੇ ਉਹਨਾਂ ਨਾਲ ਗੱਲ ਕਰਨੀ ਹੋਏਗੀ ਔਰ ਆਪਣੀ ਐਪਲੀਕੇਸ਼ਨਸ ਜਿਹੜੀਆਂ ਨੇ ਦਿੱਤੇ ਗਏ ਫਾਰਮੈਟਸ ਦੇ ਵਿੱਚ ਭਰ ਕੇ ਨਾਲ ਸਾਰੇ ਡਾਕੂਮੈਂਟ ਲਗਾ ਕੇ ਸਬਮਿਟ ਕਰਾਣੇ ਹੋਣਗੇ ਲਾਸਟ ਡੇਟ ਜਿਹੜੀ ਹੈਗੀ ਹੈ ਜੀ 21 10 2022 ਹੈ ਤਦੋਂ ਤੱਕ ਤੁਸੀਂ ਇਹਦੇ ਲਈ ਲਾਈਕ ਕਰ ਸਕਦੇ ਹੋ ਕੋਈ ਵੀ ਹੋਰ ਅਦਰ ਮੋਡ ਨਹੀਂ ਹੈ ਅਪਲਾਈ ਕਰਨ ਦਾ ઓર ਜਿਹੜੇ ਕੈਂਡੀਡੇਟ ਜਿੱਦਾਂ ਕੀ ਫ੍ਰੈਸ਼ਰਸ ਕੈਂਡੀਡੇਟ ਨੇ ਜਿਨ੍ਹਾਂ ਨੇ ਪਹਿਲਾਂ ਨਹੀਂ ਕੰਮ ਕਰਤਾ ਜਾਂ ਆਂਗਣਵਾੜੀ 'ਚ ਕੰਮ ਨਹੀਂ ਕਰਿਆ ਸੋ ਉਹ ਇਹਦੇ ਲਈ ਐਲੀਜੀਬਲ ਨਹੀਂ ਨੇ ਤੇ ਅਪਲਾਈ ਨਹੀਂ ਕਰ ਪਾਣਗੇ ਇਹ ਸਿਰਫ ਔਰ ਸਿਰਫ ਆਲਰੇਡੀ ਕੰਮ ਕਰ ਰਹੇ ਆਂਗਣਵਾੜੀ ਵਰਕਰਾਂ ਦੇ ਲਈ ਜਿਹੜਾ ਜੀ ਇਹ ਫਾਇਦਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਸੋ ਇਹਦੇ ਲਈ ਨੋਟੀਫਿਕੇਸ਼ਨ ਹਲੇ ਇਹਨਾਂ ਨੇ ਆਪਣੀ ਵੈਬਸਾਈਟ ਤੇ ਜਾਰੀ ਨਹੀਂ ਕੀਤਾ ਹੈ ਜੀ ਇਹੀ ਜਿਹੜਾ ਸ਼ਾਰਟ ਨੋਟੀਫਿਕੇਸ਼ਨ ਹੈ ਉਹ ਦਿੱਤਾ ਗਿਆ ਹੈ ਇਹ 'ਚ ਕੋਈ ਐਲੀਜੀਬਿਲਿਟੀ ਜਾਂ ਕੁਝ ਵੀ ਹੋਰ ਮੈਂਸ਼ਨ ਨਹੀਂ ਕੀਤਾ ਹੋਇਆ ਸਿਰਫ ਔਰ ਸਿਰਫ ਇਹ ਹੀ ਲਿਖਿਆ ਹੈ ਕਿ ਜਿਹੜੇ ਦੇੜ ਜਿਹਦੇ ਕੀ ਅੰਗਰੇਡੀ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਉਹ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਇਹਦੇ ਲਈ ਤੁਸੀਂ ਲਿੰਕ ਡਿਸਕ੍ਰਿਪਸ਼ਨ ਚ ਮੈਂ ਦੇ ਦਿੱਤਾ ਹੈ ਇਹਨੂੰ ਪੜ੍ਹ ਕੇ ਪ੍ਰੋਪਰ ਫੇਰੀ ਤੁਸੀਂ ਅਪਲਾਈ ਕਰਨਾ ਅਗਰ ਤੇ ਤੁਸੀਂ ਐਲੀਜੀਬਲ ਹੋ ਤਾਂ ਜ਼ਰੂਰ ਅਪਲਾਈ ਕਰੋ ਈਦਰ ਨਹੀਂ ਤਾਂ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਕਿ ਬਾਕੀ ਬੱਚੇ ਕੈਂਡੀਡੇਟ ਵੀ ਇਹਦੇ ਲਈ ਅਪਲਾਈ ਕਰ ਪਾਣ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਦਾ ਜੀ ਨਵੀਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ